ਸਤਿ ਸ਼੍ਰੀ ਅਕਾਲ, ਮੈਂ ਤੁਹਾਡੇ ਨਾਲ ਪ੍ਰਿਆ। ਤਾਂ ਕਿਹੋ ਜਿਹਾ ਸਮਾਂ ਆ ਚੁੱਕਿਆ ਕਿ ਭਰਾ ਹੀ ਭਰਾ ਦਾ ਵੈਰੀ ਬਣ ਚੁੱਕਿਆ, ਕਿਉਂਕਿ ਇੱਕ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਜਿਸ ਦੇ ਵਿੱਚ ਇੱਕ ਭਰਾ ਵੱਲੋਂ ਕੁਝ ਸਾਥੀ ਸੱਦੇ ਜਾਂਦੇ ਨੇ ਅਤੇ ਉਸ ਤੋਂ ਬਾਅਦ ਆਪਣੇ ਹੀ ਭਰਾ ਦੇ ਘਰ ਗੋਲੀਆਂ ਚਲਵਾਈਆਂ ਜਾਂਦੀਆਂ ਨੇ ਅਤੇ ਇਸ ਘਟਨਾ ਦੀ CCTV ਤਸਵੀਰਾਂ ਵੀ ਸਾਹਮਣੇ ਆਈਆਂ ਨੇ ਜਿਸ ਦੇ ਵਿੱਚ ਸਾਫ਼ ਵੇਖਿਆ ਜਾ ਸਕਦਾ ਹੈ ਕਿ ਭਰਾ ਦੇ ਘਰ ਦੇ ਬਾਹਰ ਕੁਝ ਅਣਪਛਾਤੇ ਮੁੰਡੇ ਖੜੇ ਦਿਖਾਈ ਦੇ ਰਹੇ ਨੇ ਅਤੇ ਉਹਨਾਂ ਵੱਲੋਂ ਉਸ ਕਾਰ ਉੱਤੇ ਗੋਲੀਆਂ ਵਰਾਈ ਜਾਂਦੀਆਂ ਨੇ। ਇੱਥੋਂ ਤੱਕ ਇਹ ਵੀ ਦੱਸਿਆ ਜਾ ਰਿਹਾ ਕਿ ਘਰ ਦੇ ਵਿੱਚ ਚੋਰੀ ਵੀ ਕੀਤੀ ਜਾਂਦੀ ਹੈ, ਸੋਨੇ ਦੇ ਗਹਿਣੇ ਤੱਕ ਦੀ ਲੁੱਟ ਕੀਤੀ ਜਾਂਦੀ ਹੈ, ਜਿਸ ਤੋਂ ਬਾਅਦ ਦੇ ਵਿੱਚ ਜਦੋਂ ਇਹ ਸਾਰੀ CCTV ਵੀਡੀਓ ਸਾਹਮਣੇ ਆਉਂਦੀ ਹੈ ਅਤੇ ਗੋਲੀਆਂ ਚੱਲਣ ਦੀ ਆਵਾਜ਼ ਸੁਣਦੀ ਹੈ ਤਾਂ ਇੱਕਦਮ ਕਹਿ ਲਿਆ ਜਾਵੇ ਕਿ ਪੂਰਾ ਪਿੰਡ ਹੀ ਦਹਿਲ ਜਾਂਦਾ ਹੈ। ਤਾਂ ਘਰਦਿਆਂ ਦੇ ਕੀ ਹਾਲਾਤ ਹੋਏ ਹੋਵੇਗੇ ਤੁਸੀਂ ਇਹ ਇਸ ਗੱਲ ਦਾ ਅੰਦਾਜ਼ਾ ਲਗਾ ਸਕਦੇ ਹੋ। ਅਤੇ ਜਦੋਂ ਇਹ ਪਰਿਵਾਰਕ ਮੈਂਬਰ ਬਾਹਰ ਆਉਂਦੇ ਨੇ, ਕਿਉਂਕਿ ਰਾਤ ਦਾ ਵੇਲਾ ਹੁੰਦਾ, ਸਾਰੇ ਸਹੁਰੇ ਹੁੰਦੇ ਨੇ ਅਤੇ ਜਦੋਂ ਗੋਲੀਆਂ ਚੱਲਣ ਦੀ ਆਵਾਜ਼ ਉਹਨਾਂ ਦੇ ਕੰਨਾਂ ਤੱਕ ਜਾਂਦੀ ਹੈ ਤਾਂ ਇੱਕਦਮ ਉਹ ਦਹਿਲ ਕੇ ਉੱਠ ਜਾਂਦੇ ਨੇ ਅਤੇ ਜਦੋਂ ਬਾਹਰ ਹੁੰਦੇ ਨੇ ਤਾਂ ਉਸ ਤੋਂ ਬਾਅਦ ਜਿਹੜੇ ਅਣਪਛਾਤੇ ਜਿਹਨਾਂ ਵੱਲੋਂ ਦਰਵਾਜ਼ੇ ਦੇ ਬਾਹਰ ਗੋਲੀਆਂ ਚਲਾਈ ਜਾਂਦੀਆਂ ਨੇ ਉਹ ਫਰਾਰ ਹੋ ਜਾਂਦੇ ਨੇ। ਅਤੇ ਇਸ ਬਾਬਤ ਜੋ ਜਾਣਕਾਰੀ ਹਾਸਿਲ ਹੋਈ ਹੈ ਉਸ ਮੁਤਾਬਿਕ ਦੱਸਿਆ ਜਾ ਰਿਹਾ ਕਿ ਖੇਤਾਂ ਦੇ ਵਿੱਚ ਟਰਾਂਸਪੋਰਟ ਸਿਸਟਮ ਲਗਾ ਰਹੇ ਹੁੰਦੇ ਨੇ ਤਾਂ ਉਸੇ ਦੌਰਾਨ ਦੂਜੇ ਭਰਾ ਵੱਲੋਂ ਕਿਹਾ ਜਾਂਦਾ ਕਿ ਇਹ ਉਸਦੀ ਜ਼ਮੀਨ ਹੈ ਅਤੇ ਇਸ ਜ਼ਮੀਨ ਉੱਤੇ ਉਸਦਾ ਕਬਜ਼ਾ ਹੈ, ਕਿਉਂਕਿ ਇਸ ਜ਼ਮੀਨ ਉੱਤੇ ਉਸ ਵੱਲੋਂ ਬਾਸਮਤੀ ਵਾਹੀ ਗਈ ਹੈ, ਬਾਸਮਤੀ ਲਗਾਈ ਗਈ ਹੈ, ਜਿਸ ਕਰਕੇ ਉਹ ਇਸ ਉੱਤੇ ਕੋਈ ਵੀ ਟਰਾਂਸਪੋਰਟ ਨਹੀਂ ਲਗਾ ਜਾ ਸਕਦਾ। ਜਿਸ ਤੋਂ ਬਾਅਦ ਦੇ ਵਿੱਚ ਉਸ ਸਮੇਂ ਤਾਂ ਭਰਾ ਵੱਲੋਂ ਕੋਈ ਵੀ ਗੱਲ ਨਹੀਂ ਕਹੀ ਗਈ ਅਤੇ ਵਾਪਸ ਚਲੇ ਜਾਂਦਾ, ਪਰ ਇਸਦੀ ਰੜਕ ਕਹਿ ਲਿਆ ਜਾਵੇ ਕਿ ਰਾਤ ਨੂੰ ਕੱਢੀ ਜਾਂਦੀ ਹੈ। ਕੁਝ ਅਣਪਛਾਤੇ ਮੁੰਡੇ ਸੱਦੇ ਜਾਂਦੇ ਨੇ ਅਤੇ ਉਹਨਾਂ ਮੁੰਡਿਆਂ ਦੇ ਜ਼ਰੀਏ ਹੀ ਆਪਣੇ ਭਰਾ ਦੇ ਘਰ ਦੇ ਬਾਹਰ ਗੋਲੀਆਂ ਚਲਵਾਈਆਂ ਜਾਂਦੀਆਂ ਨੇ। ਅਤੇ ਪੂਰਾ ਮਾਮਲਾ ਜਿਹੜਾ ਪਿੰਡ ਯਾਦਪੁਰ ਦਾ ਦੱਸਿਆ ਜਾ ਰਿਹਾ, ਜਿਸ ਤੋਂ ਬਾਅਦ ਉਸ ਪੀੜਿਤ ਭਰਾ ਵੱਲੋਂ ਇਸਦੀ ਸੂਚਨਾ ਪੁਲਿਸ ਪ੍ਰਸ਼ਾਸਨ ਨੂੰ ਦਿੱਤੀ ਜਾਂਦੀ ਹੈ, ਜਿਸ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਮੌਕੇ ਉੱਤੇ ਪਹੁੰਚ ਜਾਂਦੀ ਹੈ। CCTV ਕੈਮਰੇ ਦੀ ਜੋ ਫੁਟੇਜ ਹੁੰਦੀ ਹੈ ਆਪਣੇ ਕਬਜ਼ੇ ਦੇ ਵਿੱਚ ਲੈਂਦੀ ਹੈ ਅਤੇ ਘਰ ਦੀ ਇਕੱਲੇ ਇਕੱਲੇ ਥਾਂ ਦੀ ਜਿਹੜੀ ਹੈ ਛਾਣਬੀਣ ਕਰਦੀ ਹੈ। ਅਜੇ ਦੱਸਿਆ ਜਾ ਰਿਹਾ ਕਿ ਜਿਸ ਵੱਲੋਂ ਗੋਲੀਆਂ ਚਲਾਈ ਗਈਆਂ ਸੀਗੀਆਂ ਉਸਨੂੰ ਗ੍ਰਿਫਤ ਦੇ ਵਿੱਚ ਲੈ ਲਿਆ ਗਿਆ ਅਤੇ ਪੁਲਿਸ ਇਸ ਪੂਰੇ ਮਾਮਲੇ ਦੀ ਜਾਂਚ ਦੇ ਵਿੱਚ ਜੁੜ ਚੁੱਕੀ ਹੈ। ਅਤੇ ਇਸ ਪੂਰੇ ਮਾਮਲੇ ਨੂੰ ਲੈ ਕੇ ਹੋਰ ਕੀ ਕੁਛ ਕਿਹਾ ਗਿਆ ਪੀੜਿਤ ਪਰਿਵਾਰ ਵੱਲੋਂ ਸੁਣ ਲੈਂਦੇ। ਸਰ, ਸਾਡੇ ਚਾਚਾ ਜੀ ਨੇ, ਉਹ ਸਾਡੇ ਲਾਗੇ ਰਹਿੰਦੇ ਨੇ, ਸਾਹਮਣੇ ਘਰ ਉਹਨਾਂ ਦਾ, ਉਹਨਾਂ ਨੇ ਅਸੀਂ ਆਪਣਾ ਨਾ ਟਰਾਂਸਫਾਰਮ ਪਾਸ ਹੋਇਆ, ਟਰਾਂਸਫਾਰਮ ਲਗਵਾ ਰਹੇ ਸੀਗੇ ਅਤੇ ਉਹਨਾਂ ਨੇ ਕਹਿੰਦੇ ਸੀ ਨਹੀਂ ਲਾਉਣਾ ਹੈ, ਇਹਦਾ ਸਾਡੀ ਆਪ ਦੀ ਜ਼ਮੀਨ, ਸਾਡਾ ਆਪ ਦਾ ਕਬਜ਼ਾ, ਉਹਦੇ 'ਚ ਅਸੀਂ ਬਾਸਮਤੀ ਬੀਜੀ ਆ। ਅਤੇ ਜਦੋਂ ਅਸੀਂ ਲਾਉਂਦੇ ਪਏ ਹਾਂ ਉਦੋਂ ਕਿਸੇ ਨੇ ਕੋਈ ਗੱਲ ਨਹੀਂ ਕੀਤੀ, ਸਾਰੇ ਇੱਥੇ ਮੌਜੂਦ ਸਨ। ਮੁੜ ਕੇ ਰਾਤ ਨੂੰ ਕੋਈ 12 ਤੋਂ 1 ਦੇ ਕਰੀਬ ਦੇ ਵਿੱਚ ਆ ਕੇ ਨਾਲ 3-4, 5-7 ਮੁੰਡੇ ਲਏ ਨੇ ਅਤੇ ਸਾਡੇ ਇੱਥੇ ਹਮਲਾ ਕੀਤਾ ਗਿਆ, ਜਾਨਲੇਵਾ ਹਮਲਾ ਕੀਤਾ ਗਿਆ। ਸਾਡੇ ਦਰਵਾਜ਼ੇ ਭੰਨੇ ਗਏ ਨੇ, ਕੱਚ ਭੰਨੇ ਗਏ, ਮੇਨ ਕਿ ਦਰਵਾਜ਼ਾ ਤੋੜ ਕੇ ਅੰਦਰ ਵੜੇ ਨੇ। ਸਾਡੀ ਨਕਦੀ ਚੋਰੀ ਕੀਤੀ ਗਈ ਆ, ਸੋਨਾ ਚੋਰੀ ਕੀਤਾ ਗਿਆ ਅਤੇ ਸਾਨੂੰ ਮਾਰਨ ਦੇ ਉਹਨਾਂ ਦਾਤਰ ਮਾਰੇ ਨੇ। ਇੱਕ ਉਹਨਾਂ ਕੋਲ ਪਿਸਟਲ ਮੌਜੂਦ ਸੀਗਾ, ਉਹਨਾਂ ਫਾਇਰਿੰਗ ਵੀ ਕੀਤੀ ਆ। ਅਸੀਂ ਹੁਣ ਪੁਲਿਸ ਪ੍ਰਸ਼ਾਸਨ ਤੋਂ ਚਾਹੁੰਦੇ ਹਾਂ ਵੀ ਆਪਣੀ ਕਾਰਵਾਈ ਕਰਨ। ਇਸ ਮਾਮਲੇ 'ਚ ਪੁਲਿਸ ਨੂੰ ਕੰਪਲੇਂਟ ਕੀਤੀ ਗਈ ਹੈ ਜੀ, ਕੰਪਲੇਂਟ ਕੀਤੀ ਗਈ ਆ, SHO ਸਾਹਿਬ ਆਏ ਸਨ, ਸਾਰੀ ਪੁਲਿਸ ਆਈ ਆ, ਉਹਨਾਂ ਦੇਖ ਕੇ ਤਫਤੀਸ਼ ਕਰਦੇ ਪਏ ਨੇ। ਜਿਹੜੀ ਵਾਰਦਾਤ ਹੋਈ ਹੈ ਯਾਦਪੁਰ 'ਚ, ਅੰਮ੍ਰਿਤਪਾਲ ਦੇ ਘਰ ਕੁਝ ਵਿਅਕਤੀ ਨੇ ਹਮਲਾ ਕੀਤਾ, ਉਹਦੇ ਸੰਬੰਧੀ ਕੀ ਕਾਰਵਾਈ ਹੋਈ? ਇੱਕ ਸਾਨੂੰ ਅੱਜ ਆਪਣਾ ਥਾਣਾ ਰੰਗੜ ਨਿਕਲ SHO ਸਾਹਿਬ ਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਯਾਦਪੁਰ ਦੇ ਵਿੱਚ ਕੋਈ ਰਾਤ 12:30 ਦੇ ਕਰੀਬ ਆਪਣਾ 12:30 ਦੇ ਕਰੀਬ ਅਵਤਾਰ ਸਿੰਘ ਨੇ ਆਪਣੇ ਭਰਾ, ਜਿਹੜਾ ਉਹਦਾ ਭਰਾ ਆ ਜਗਤਾਰ ਸਿੰਘ,
ਉਹਦੇ ਘਰ 'ਤੇ ਉਹਨੇ ਜਾ ਕੇ ਹਮਲਾ ਕੀਤਾ ਅਤੇ ਫਾਇਰਿੰਗ ਕੀਤੀ ਆ। ਉਹਦੇ ਸੰਬੰਧ ਵਿੱਚ SHO ਗਗਨਦੀਪ, SHO ਰੰਗੜ ਨਗਰ ਨੇ ਬੜੀ ਮਿਹਨਤ ਕੀਤੀ ਹੈ ਅਤੇ ਇਹ ਉੱਥੇ ਮੌਕੇ 'ਤੇ ਪਹੁੰਚੇ ਆ। ਮੌਕੇ 'ਤੇ ਪਹੁੰਚ ਕੇ ਸਾਰਾ ਜਾਇਜ਼ਾ ਲਿਆ ਅਤੇ ਜਿਹੜਾ ਆਪਣਾ ਹੈਗਾ ਜੇ ਜਗਤਾਰ ਸਿੰਘ, ਉਹਦੇ ਬਿਆਨਾਂ 'ਤੇ ਅਸੀਂ ਜਿਹੜਾ ਮੁਕੱਦਮਾ ਨੰਬਰ 71 ਅੰਡਰ ਸੈਕਸ਼ਨ 352 324(2), 125, 2527, 5254(58) ਇਹਦੇ ਆਧਾਰ 'ਤੇ ਅਸੀਂ ਜਿਹੜਾ ਪਰਚਾ ਦਰਜ ਕਰ ਲਿਆ ਜੀ। ਅਤੇ ਉਹਦੇ ਵਿੱਚ ਇੱਕ CCTV ਸਾਨੂੰ ਫੋਟੋਸ ਵੀ ਮਿਲ ਗਈ ਆ, ਉਹਦੇ ਵਿੱਚ ਇੱਕ ਬੰਦਾ ਫਵਾਈ ਫਾਇਰ ਵੀ ਦਿਖਾਈ ਦਿੰਦਾ ਸਿੱਧਾ ਕਰ ਰਿਹਾ। ਉਹਦੇ ਸੰਬੰਧ ਵਿੱਚ ਅਸੀਂ ਜਿਹੜਾ ਮੁਕੱਦਮਾ ਦਰਜ ਕੀਤਾ ਅਤੇ ਇਨਵੈਸਟੀਗੇਸ਼ਨ ਸ਼ੁਰੂ ਕਰਤੀ ਆ, ਜਿਹਦੇ ਵਿੱਚ ਅਸੀਂ ਜਿਹੜਾ ਅਵਤਾਰ ਸਿੰਘ ਮੇਨ ਦੋਸ਼ੀ ਜਿਹੜਾ ਆਪਣੇ ਟਰੈਕਟਰ 'ਤੇ 2-3 ਬੰਦਿਆਂ ਨੂੰ ਹੋਰ ਨਾਲ ਲੈ ਕੇ ਗਿਆ ਸੀ, ਉਹਨੂੰ ਅਸੀਂ ਗ੍ਰਿਫਤਾਰ ਕਰ ਲਿਆ ਅਤੇ ਉਹਦੇ ਕੋਲ ਅਸੀਂ ਟਰੈਕਟਰ ਵੀ ਬਰਾਮਦ ਕਰ ਲਿਆ ਅਤੇ ਉਹਦੇ ਕੋਲ ਹੁਣ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਉਹਦੇ ਨਾਲ ਹੋਰ ਕਿਹੜੇ ਬੰਦੇ ਸਨ ਅਤੇ ਉਹਦਾ ਹੁਣ ਕੱਲ੍ਹ ਨੂੰ ਪੁਲਿਸ ਰਿਮਾਂਡ ਲੈ ਕੇ ਉਹਦੇ ਸੰਬੰਧੀ ਅਸੀਂ ਪੁੱਛਗਿੱਛ ਕਰਾਂਗੇ ਅਤੇ ਜੋ ਸਫਾ ਮਿਸਲ 'ਤੇ ਐਵੀਡੈਂਸ ਆਏਗੀ ਉਸ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਵੇਗੀ। ਸਰ, ਕਿੰਨਿਆਂ ਦੇ ਖਿਲਾਫ਼ ਮਾਮਲਾ ਦਰਜ ਹੋਇਆ? ਜਿਹੜਾ ਪਿਸਟਲ ਸੀ ਉਹ ਲਾਇਸੈਂਸੀ ਸੀ ਜਾਂ ਜਾਇਜ਼ ਸੀ? ਇਹਦੇ ਸੰਬੰਧ ਵਿੱਚ ਸਾਡਾ ਇਨਵੈਸਟੀਗੇਸ਼ਨ ਦਾ ਮੈਟਰ ਹੈ, ਅਸੀਂ ਇਹਦੇ ਇਨਵੈਸਟੀਗੇਸ਼ਨ ਕਰ ਰਹੇ ਹਾਂ। ਇਹਦੇ ਵਿੱਚ ਅਸੀਂ ਮੇਨ 5 ਬੰਦਿਆਂ 'ਤੇ ਮੁਕੱਦਮਾ ਦਰਜ ਕੀਤਾ ਅਤੇ ਸਾਡੀ ਇਨਵੈਸਟੀਗੇਸ਼ਨ ਹਾਲੇ ਚੱਲਦੀ ਹੈ।